ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਐਵ ਟੀਵੀ ਤੇ ਮੈਂ ਹਾਤਵੜੇ ਨਾਲ ਅਨੂ ਚੋਪੜਾ ਇਸ ਵਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਕਿ ਸੁਆਤੀ ਮਾਲੀਵਾਲ ਦੇ ਕੇਸ ਦੇ ਨਾਲ ਜੁੜੀ ਹੋਈ ਹੈ ਜੀ ਹਾਂ ਸੁਆਤੀ ਮਾਲੀਵਾਲ ਦੇ ਕੁਟਮਾਰ ਦੇ ਮਾਮਲੇ ਦੇ ਵਿੱਚ ਜੋ ਹੈ ਇੱਕ ਹੁਣ ਵੀਡੀਓ ਸਾਹਮਣੇ ਆ ਚੁੱਕੀ ਹੈ ਜੋ ਕਿ ਕੇਜਰੀਵਾਲ ਦੇ ਅੰਦਰ ਜੋ ਘਰ ਰਹਾ ਉਸ ਦਾ ਉਸ ਦੇ ਅੰਦਰ ਦੀ ਵੀਡੀਓ ਹੈ ਸੋ ਦੱਸਿਆ ਕਿ ਸੁਆਤੀ ਮਾਲੀਵਾਲ ਨਾਲ ਬਤਸਲੂਕੀ ਅਤੇ ਕੁਟਮਾਰ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਇਹ ਵੀਡੀਓ 13 ਮਈ ਦਾ ਹੈ ਅਤੇ ਮੁੱਖ ਮੰਤਰੀ ਕੇਜਰੀਵਾਲ ਦੀ ਰਹਾਇਸ਼ ਦੇ ਅੰਦਰ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੀਤ ਆਦਾਰਾ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਸਵਾਤੀ ਮਾਲੀਵਾਲ ਸੀਐਮ ਹਾਊਸ ਦੇ ਅੰਦਰ ਬੈਠੀ ਹੈ ਜਿੱਥੇ ਕੁਝ ਕਰਮਚਾਰੀ ਉਹਨਾਂ ਨੂੰ ਬਾਹਰ ਜਾਣ ਦੇ ਲਈ ਕਹਿ ਰਹੇ ਹਨ ਜਿਸ ਦੇ ਵਿੱਚ ਪੀਏ ਬਿਬਲ ਕੁਮਾਰ ਵੀ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਉੱਥੇ ਖੜਾ ਹੋਇਆ ਸਦਾਸੇ ਕੇਜੁਰਾਜ ਉਹ ਬਿਬਲ ਤੇ ਗੁੱਸੇ ਦੇ ਵਿੱਚ ਨਜ਼ਰ ਆ ਰਹੀ ਹੈ। ਗੁੱਸੇ ਦੇ ਵਿੱਚ ਬੋਲਦੀ ਹੋਈ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ ਕਿ ਮੈਂ ਤੁਹਾਡੀ ਨੌਕਰੀ ਵੀ ਖਾ ਲਵਾਂਗੀ। ਸੋ ਇਹ ਜੋ ਹੈ ਉਸ ਸਵਾਤੀ ਮਾਲੀਵਾਲ ਦੇ ਵੱਲੋਂ ਕਿਹਾ ਜਾ ਰਿਹਾ ਤੇ ਇਸ ਵਾਰਨ ਉਥੇ ਮੌਜੂਦ ਜਿਹੜੇ ਕਰਮਚਾਰੀ ਨੇ ਉਹ ਸਵਾਤੀ ਨੂੰ ਬੇਨਤੀਆਂ ਕਰਦੇ ਵੀ ਨਜ਼ਰ ਆ ਰਹੇ ਨੇ ਕਿ ਤੁਸੀਂ ਇੱਥੋਂ ਮੈਡਮ ਬਾਹਰ ਚਲੇ ਜਾਓ ਲੇਕਿਨ ਸਵਾਤੀ ਜੋ ਹੈ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੈਂ ਹੁਨੇ 112 ਤੇ ਫੋਨ ਕਰ ਦਿੱਤਾ ਹੈ ਪੁਲਿਸ ਨੂੰ ਆਉਣ ਦੋ ਫਿਰ ਹੁਣ ਗੱਲ ਕਰਦੇ ਆ ਤਾਂ ਦੱਸੇ ਕਿ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਆਮ ਆਦਮੀ ਪਾਰਟੀ ਦੀ ਮੈਂਬਰ ਉਸ ਨਾਲ ਕੁਟਮਾਰ ਦੇ ਮਾਮਲੇ ਦੇ ਵਿੱਚ ਸੀਐਮ ਕੇ ਜੀਵਾਲ ਦੇ ਨਿੱਜੀ ਸਖਤਰ ਪੀਏ ਜੋ ਹੈ ਵਿਬਲ ਕੁਮਾਰ ਤੇ ਗੰਭੀਰ ਦੋਸ਼ ਜੋ ਹੈ ਸਵਾਤੀ ਮਾਲੀਵਾਲ ਦੇ ਵੱਲੋਂ ਲਗਾਏ ਜਾਂਦੇ ਨੇ ਸ਼ਿਕਾਇਤ ਦੇ ਵਿੱਚ ਸਿਰਫ ਜੋ ਇਹ ਬਿਵਬ ਨੂੰ ਹੀ ਮੋਲਜਮ ਬਣਾਇਆ ਗਿਆ ਤੇ ਸਵਾਤੀ ਦਾ ਕਹਿਣਾ ਹੈ ਕਿ ਉਸ ਨੂੰ ਜੋਇ ਬੁਰੀ ਤਰ੍ਹਾਂ ਦੇ ਨਾਲ ਉਸਦੀ ਕੁਟਮਾਰ ਕੀਤੀ ਗਈ ਉਸਦੇ ਲੱਤਾਂ ਮਾਰੀਆਂ ਗਈਆਂ ਉਸਦੇ ਪੇਟ ਦੇ ਵਿੱਚ ਵੀ ਜੋ ਹੈ ਹਮਲਾ ਕੀਤਾ ਗਿਆ ਤੇ ਨਾਲ ਨਾਲ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਜੋ ਹੈ ਕੁੱਟਿਆ ਗਿਆ ਸੀਗਾ ਸੀਐਮ ਕੇਜਰੀਵਾਲ ਦੇ ਘਰ ਦੇ ਅੰਦਰ ਰਿਹਾਇਸ਼ ਤੇ ਅੰਦਰ ਸੋ ਦੱਸੇ ਕਿ ਹੁਣ ਜੋ ਇਹ ਵੀਡੀਓ ਸਾਹਮਣੇ ਆਈ ਹੈ ਇਹ ਸੀਐਮ ਕੇਜਰੀਵਾਲ ਦੇ ਘਰ ਦੇ ਅੰਦਰ ਦੀ ਵੀਡੀਓ ਹੈ ਡਰਾਇੰਗ ਰੂਮ ਦੀ ਵੀਡੀਓ ਹੈ ਸੋ ਇਸ ਦੇ ਵਿੱਚ ਨਜ਼ਰ ਆ ਰਿਹਾ ਤੁਸੀਂ ਵੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਹਾਲਾਂਕਿ ਪੂਰੀ ਕਹਿ ਲੈ ਕੇ ਵੀਡੀਓ ਕਲੀਅਰ ਨਹੀਂ ਹੈ ਲੇਕਿਨ ਉਥੇ ਵਿਵਾਖ ਕੁਮਾਰ ਜੋ ਹੈ ਓਮ ਜਿਹੜਾ ਦਿਖਾਈ ਦੇ ਰਿਹਾ ਤੇ ਨਾਲ ਨਾਲ स्वाति मालीवाल दी आवाज एदे विच जरूर सुनाई दे रही है जो की ए कह रही है विभव कुमार नु की मैतेरी नौकरी खालवांगी ते नली नाल जो है उस तो बाद गंजा भी के आचार्य ओसे वलनो स्वाति मालीवाल दे वलनो माली विभव कुमार नु सौदास्ते के हे पूरी हुन वीडियो जो है सामने आ चुकी हालांकि पुष्टि इस दी नहीं कीती जा रही लेकिन सोशल मीडिया ते हुन हे वीडियो लगातार तो अनुदास्ते के वायरल हो रही है ते नली नाल स्वाति मालीवाल दा केस जो है हे मामला जो है कुटमार दा हुन और बेजीता हुंदा जा रहा है क्योंकि जिस तरीके के नाल हुन नवं अपडेट्स निकल के सामने आ रही है इस तू तो पार भी जो है उसकी कॉपी भी सामने आती है की जो स्वाति मालीवाल एफ आई आर दर्ज करवाई गई है उस भी वे खुलासे जो है मालीवाले गए ने कहा जाता है कि ਉਥੇ ਜੋ ਇਹ ਕੁਟਮਾਰ ਕੀਤੀ ਗਈ ਹੈ ਉਸ ਦੇ ਨਾਲ ਤੇ ਉਸ ਦੇ ਲੱਤਾਂ ਮਾਰੀਆਂ ਗਈਆਂ ਉਸ ਦੇ ਪੇਟ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਤੇ ਨਾਲ ਹੀ ਨਾਲ ਜੋ ਹੈ ਉਸ ਦੇ ਕੱਪੜਿਆਂ ਦੇ ਨਾਲ ਵੀ ਤੁਹਾਨੂੰ ਦੱਸਿਆ ਕਿ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੱਪੜੇ ਉੱਪਰ ਖਿੱਚੇ ਜਾਂਦੇ ਨੇ ਸੋ ਇਸ ਤਰੀਕੇ ਦੀਆਂ ਗੱਲਾਂ ਜੋ ਹੈ ਇਹ ਹੈਰਾਨੀਜਨਕ ਗੱਲਾਂ ਜੋ ਹੈ ਸਵਾਤੀ ਮਾਲੀਵਾਲ ਦੇ ਵੱਲੋਂ ਆਪਣੀ ਐਫਆਈਆਰ ਦੇ ਵਿੱਚ ਦੱਸੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਿਆ ਕਿ ਸਵਾਤੀ ਮਾਲੀਵਾਲ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਥੇ ਉਸ ਨੂੰ ਜੋ ਹੈ ਸੀਐਮ ਇਹ ਕਿਹਾ ਜਾਂਦਾ ਹੈ ਕਿ ਸੀਐਮ ਕੇਜਰੀਵਾਲ ਜੋ ਹੈ ਘਰ ਦੇ ਵਿੱਚ ਮੌਜੂਦ ਨੇ ਉਹ ਥੋੜੀ ਦੇਰ ਦੇ ਵਿੱਚ ਤੁਹਾਨੂੰ ਆ ਕੇ ਮਿਲਣਗੇ ਤੁਸੀਂ ਇੱਥੇ ਵੇਟ ਕਰੋ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਮਾਲੀਵਾਲ ਦੇ ਵੱਲੋਂ ਇਹ ਦੱਸਿਆ ਗਿਆ ਐਫ ਆਈ ਆਰ ਕਿ ਉਹ ਵੇਟ ਕਰਦੀ ਹੈ ਸੋਫੇ ਤੇ ਬੈਠ ਕੇ ਡਰਾਇੰਗ ਰੂਮ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਜੋ ਹੈ ਵਿਵਨ ਕੁਮਾਰ ਜੋ ਹੈ ਉੱਥੇ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਬਦਸਲੂਕੀ ਕੀਤੀ ਜਾਂਦੀ ਹੈ ਕੁਟਮਾਰ ਕੀਤੀ ਜਾਂਦੀ ਹੈ ਲੇਕਿਨ ਇਹ ਸਭ ਦੇ ਵਿਚਕਾਰ ਕੇਜਰੀਵਾਲ ਉੱਥੇ ਨਹੀਂ ਆਂਦੇ ਸੋ ਦੱਸਦੇ ਕਿ ਇਹ ਕਿਤੇ ਨਾ ਕਿਤੇ ਹੁਣ ਹੈਰਾਨੀਜਨਕ ਵਾਲੀ ਗੱਲ ਸਾਹਮਣੇ ਜ਼ਰੂਰ ਆਉਂਦੀ ਹੈ ਕਿ ਹੁਣ ਇੱਥੇ ਇਹ ਸਭ ਦੇ ਵਿਚਕਾਰ ਜੇ ਕੇਜਰੀਵਾਲ ਘਰ ਦੇ ਵਿੱਚ ਮੌਜੂਦ ਸਨ ਤਾਂ ਉਹ ਉੱਥੇ ਕਿਉਂ ਨਹੀਂ ਆਏ ਉਹਨਾਂ ਦੇ ਵੱਲੋਂ ਆ ਗਿਆ ਜੇਕਰ ਸਾਰੀਆਂ ਗੱਲਾਂ ਜੋ ਹੈ ਸੱਚ ਹੁੰਦੀਆਂ ਨੇ ਤਾਂ ਇਸ ਦੇ ਵਿੱਚ ਕਹਿ ਲੈ ਕਿ ਕੇਸਜੀਵਾਲ ਦਾ ਵੱਡਾ ਇੱਕ ਇਥੇ ਜ਼ਰੂਰ ਉਹਨਾਂ ਨੂੰ ਲੈ ਕੇ ਸਵਾਲੀਆ ਨਿਸ਼ਾਨ ਜ਼ੁਰਾ ਖੜੇ ਹੋਣਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਉਹਨੇ ਵੀਡੀਓ ਵੀ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਐਫ ਆਈ ਆਰ ਦੀ ਕਾਪੀ ਸਾਹਮਣੇ ਆਂਦੀ ਹੈ ਤਾਂ ਹੁਣ ਤੁਹਾਨੂੰ ਦੱਸਿਆ ਕਿ ਸਵਾਤੀ ਮਾਲੀਵਾਲ ਦੇ ਵੱਲੋਂ ਆਪ ਵੀ ਟਵੀਟ ਕੀਤਾ ਗਿਆ ਉਹਨਾਂ ਦੇ ਵੱਲੋਂ ਟਵੀਟ ਕਰਕੇ ਜੋ ਹੈ ਕਿਹਾ ਗਿਆ ਹੈ ਕਿ ਹਰ ਵਾਰ ਦੀ ਤਰ੍ਹਾਂ ਜੋ ਹੈ ਇਥੇ ਵੀ ਇਹ ਰਾਜਨੀਤਿਕ ਹਿਟਮੈਨ ਜੋ ਹੈ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਉਹਨਾਂ ਸਵਾਤੀ ਮਾਲੀਵਾਲ ਨੇ ਲਿਖਿਆ ਹੈ ਕਿ ਆਪਣੇ ਜੋ ਲੋਕੋਂ ਸੇ ਟਵੀਟਸ ਕਰਵਾ ਕੇ ਤਨਾਈ ਨਾਲ ਜੋ ਹੈ बिना संदर्भ की वीडियो जो है चलाई जा रही है जो कि बिल्कुल गलत है उन्होंने क्या है कि खुद को बचाने की कोशिश की जा रही है तो उन्हें है कि कोई किसी को पीटते हुए वीडियो बनाता है भला घर के अंदर की और कमरे की सीसीटीवी फुटेज की जांच होते ही सत्य सबके सामने होगा ये गल जो है स्वाति मालीवाल वालों लिखी गई है अपने ट्विटर के अकाउंट से उन्होंने कहा कि यह हूँ इसकी जांच होगी जो भीडियो तुम वायरल कर रहे हो सोशल मीडिया के उ स्वाति मालीवाल मालीवाल ਨੇ ਕਿਹਾ ਹੈ ਕਿ ਇਸ ਦੀ ਜਾਂਚ ਹੋਵੇਗੀ ਤਾਂ ਸਾਰਾ ਸੱਚ ਜੋ ਹੈ ਉਹ ਸਾਹਮਣੇ ਆ ਜਾਏਗਾ ਸੋ ਦੱਸੇ ਕਿ ਹੁਣ ਕਿ ਕੁਝ ਇਸ ਕੇਸ ਦੇ ਵਿੱਚ ਹੋਰ ਵੱਡੇ ਖੁਲਾਸੇ ਹੁੰਦੇ ਨੇ ਉਹ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਹੁਣ ਆਖਦਾ ਜਾ ਰਿਹਾ ਹੈ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ ਤਾਂ ਹੁਣ ਵੀਡੀਓ ਵੀ ਹੈ ਉਹ ਵੀ ਸਾਹਮਣੇ ਆ ਚੁੱਕਾ ਹੈ ਉਹ ਵੀਡੀਓ ਵੀ ਹੈ ਜਿਹੜਾ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜੁਏ ਇਸ ਦੇ ਵਿੱਚ ਸੁਆਤੀ ਮਾਲੀਵਾਲ ਬੋਲਦੀ ਹੋਈ ਨਜ਼ਰ ਆਂਦੀ ਹੈ ਤਾਂ ਉਸ ਤੋਂ ਬਾਅਦ ਜੋ ਤੇ ਕਰਮਚਾਰੀ ਸੀਗੇ ਕੇਜੀਵਾਲ ਦਾ ਪੀਏ ਸੀਗਾ ਮੌਜੂਦ ਵਿਵਕ ਕੁਮਾਰ ਉਸ ਦੇ ਵੱਲੋਂ ਕੀ ਕੁਝ ਗੱਲ ਕਈਆਂ ਜਾ ਰਹੀਆਂ ਸੀਗੀਆਂ ਤਾਂ ਉਹ ਵੀ ਜੋ ਵੀਡੀਓ ਹੈ ਉਹ ਤੁਸੀਂ ਵੇਖ ਸਕਦੇ ਹੋ ਓਕੇ ਅਬ ਸੈਕਿੰਡ ਵਾਲੀ